ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਦੀ ਲਿਖਤ ਪੁਸਤਕ ਗੁਰਮਤ ਪ੍ਰਕਾਸ਼ ਦਾ ਇਹ ਪੰਜਵਾਂ ਚੈਪਟਰ ਤਿਮਰ ਅਗਿਆਨ ਤੋਂ ਉਜਾਰਾ ਤਿਮਰ ਅਗਿਆਨ ਕੀ ਹੈ ਮਾਇਆ ਮੋਹ ਵਿੱਚ ਮਨੂਰ ਹੋਏ ਮਨ ਅਤੇ ਭਰਮ ਜਾਲ ਦੇ ਪਰਮਾਇਆ ਹੋਏ ਜੀਵ ਚਾਹੇ ਸ੍ਰਿਸ਼ਟੀ ਪਰਦੇ ਐਸ਼ਵਰਜ ਦੇ ਮਾਲਕ ਕਿਉਂ ਨਾ ਹੋ ਜਾਣ ਔਰ ਅੰਧਕਾਰ ਵਿੱਚ ਹੀ ਭਟਕ ਰਹੇ ਹਨ ਜੇਕਰ ਜੋਤਸ ਰੂਪੀ ਆਤਮਿਕ ਜੋਤ ਦੀ ਕਿਰਨ ਤਿਨਾਂ ਦੇ ਘਟ ਅੰਦਰ ਨਹੀਂ ਪ੍ਰਕਾਸ਼ੀ ਚਤਰਾਈ ਸਿਆਣਪ ਦੇ ਮਾਇਆਵੀ ਮਦ ਵਿੱਚ ਮਤੇ ਹੋਏ ਮਗਜ਼ ਦਿਮਾਗ ਅਤੇ ਮਤ ਮਤੰਤਰਾਂ ਦੀਆਂ ਸੁਸ਼ਕ ਫਿਲਾਸਫੀਆਂ ਅਤੇ ਨਵੀਨ ਵਾਪਰਾਚੀਨ ਜ਼ਮਾਨੇ ਦੀ ਨਾਨਾ ਪ੍ਰਕਾਰ ਦੀ ਸਾਇੰਸ ਦੇ ਮੁਠੇ ਹੋਏ ਹਿਰਦੇ ਚਾਹੇ ਵਿਦਿਆ ਦੇ ਭੰਡਾਰ ਹੀ ਕਿਉਂ ਨਾ ਬਣੇ ਹੋਏ ਹੋਣ ਅਨੇਰ ਗੁਬਾਰ ਵਿੱਚ ਹੀ ਭੰਬਲ ਭੂਸੇ ਖਾ ਰਹੇ ਹਨ ਜੇਕਰ ਇੱਕ ਅਕਾਲੀ ਜੋਤ ਦਾ ਚਮਤਕਾਰ ਉੱਥੇ ਨਹੀਂ ਪਿਆ ਜੋ ਹਿਰਦੇ ਇਸ ਸੱਚੀ ਜੋਤ ਸਰੂਪੀ ਰੋਸ਼ਨੀ ਤੋਂ ਸਖਣੇ ਹਨ ਜੋ ਮਨ ਆਪਣੇ ਆਤਮਕ ਸਰੂਪ ਦੀ ਲਖਤਾ ਤੋਂ ਘੁੱਥੇ ਹੋਏ ਹਨ ਉਹ ਅਗਿਆਨ ਅੰਧੇਰ ਵਿੱਚ ਕੇਵਲ ਅੰਧੇਰੇ ਨੂੰ ਹੀ ਜੱਫਾ ਪਾਈ ਬੈਠੇ ਹਨ ਉੱਥੇ ਤਿਮਰ ਅਗਿਆਨ ਹੀ ਛਾ ਰਿਹਾ ਹੈ ਉੱਥੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਦੇ ਗੁਰਵਾਕ ਵਾਲਾ ਅੰਧੇਰਾ ਹੈ ਸ੍ਰਿਸ਼ਟੀ ਦੇ ਸਰਬ ਸਿਰਜੇ ਜੀ ਜਨਤਾ ਤੋਂ ਸਰਬ ਸ੍ਰੇਸ਼ਟ ਅਸ਼ਰਫੁਲ ਮਖਲੂਕਾਤ ਅਖਵਾਉਣ ਵਾਲਾ ਚਤ్రਾਈ ਦਾ ਪੁੰਜ ਮਨੁੱਖ ਇਸ ਆਤਮਕ ਲਖਤਾ ਤੋਂ ਉਰਾ ਹੀ ਰਹੇ ਕਿ ਮੈਂ ਕੀ ਹਾਂ ਮੇਰਾ ਸਰੂਪ ਕੀ ਹੈ ਮੇਰਾ ਮੂਲ ਕੀ ਹੈ ਕਥਨੀ ਦੁਆਰਾ ਇਸ ਅਵਸਥਾ ਨੂੰ ਕਥ-ਕਥ ਕੇ ਤਾਂ ਬਥੇਰੇ ਹੰਬ ਹਾਰ ਹੁੱਟੇ ਹਨ ਪਰ ਕਥਨੀ ਕਹ ਭਰਮ ਨਾ ਜਾਈ ਸਭ ਕਥ-ਕਥ ਰਹੀ ਲੁਕਾਈ ਗੁਰਵਾਕ ਦੇ ਭਾਵ ਅਨਸਾਰ ਮੇਰੀ ਕਥਨੀ ਹੀ ਕਥਨੀ ਰਹੀ ਹੈ ਉਸ ਸਰੂਪ ਦੀ ਵਾਸਤਵੀ ਲਖਤਾ ਉਸ ਅਕਾਲੀ ਜੋਤ ਦਾ ਅਨਭਵੀ ਪ੍ਰਕਾਸ਼ ਨਹੀਂ ਹੋ ਸਕਿਆ ਆਪਣਾ ਅਸਲ ਸਰੂਪ ਜੋਤ ਸਰੂਪੀ ਸਰੂਪ ਨਹੀਂ ਚੀਨਿਆ ਗਿਆ ਤਾਂ ਤੇ ਜਨ ਨਾਨਕ ਬਿਨ ਆਪਾ ਚਿਨੈ ਮਟਨ ਭ੍ਰਮ ਕੀ ਕਾਈ ਦੇ ਗੁਰਵਾਕ ਦੇ ਭਾਵ ਅਨਸਾਰ ਭ੍ਰਮ ਹੀ ਪਰਮ ਰਹਾ ਕਿਹਾ ਭਿਆਨਕ ਅੰਧੇਰਾ ਹੈ ਕਿ ਭ੍ਰਮ ਦੀ ਭ੍ਰੰਤੀ ਵਿੱਚ ਹੁੰਦਿਆਂ ਵੀ ਪਰਮ ਅੰਧੇਰਾ ਨਾ ਭਾਸ ਸਕੇ ਗੁਰੂ ਨਾਨਕ ਦੇਵ ਜੀ ਦੇ અવਤਾਰ ਦਾ ਕਾਰਨ ਇਹ ਭ੍ਰਮ ਅੰਧੇਰਾ ਇਹ ਤਿਮਰ ਅਗਿਆਨ ਸਾਰੇ ਜਗਤ ਪਰ ਛਾਇਆ ਦੇਖ ਕੇ ਕੇਵਲ ਇਸ ਤਿਮਰ ਅਗਿਆਨ ਰੂਪੀ ਭਰਮ ਅੰਧੇਰੇ ਨੂੰ ਦੂਰ ਕਰਨ ਹਿੱਤ ਹੀ ਜਗਤ ਗੁਰੂ ਨਾਨਕ ਦੇਵ ਜੀ ਨੇ ਤਿਮਰ ਅਗਿਆਨ ਦੇ ਹੜ ਵਿੱਚ ਹੜੇ ਜਾਂਦੇ ਸੰਸਾਰ ਨੂੰ ਉਬਾਰਨ ਲਈ ਕਲਿਕਾਲ ਵਿਖੇ ਆਣ ਕੇ અવਤਾਰ ਧਾਰਿਆ ਅਤੇ ਤੁੰਦ ਗੁਬਾਰ ਵਿੱਚ ਤੁੰਦ ਲਾਇ ਸੰਸਾਰ ਦੇ ਤੁੰਦ ਰੋਗ ਭਰਮ ਅੰਧ ਰੋਗ ਤਿਮਰ ਅਗਿਆਨ ਰੋਗ ਨੂੰ ਦੂਰ ਕਰਨ ਲਈ ਅਜੇਹਾ ਅਧਿਪੁੱਤ ਅੰਜਨ ਅਮਰ ਕਲਾ ਦੁਆਰਾ ਵਰਸਾ ਕੇ ਧੁੰਦ ਰੋਗ ਦੇ ਆਤੁਰ ਅੰਧ ਅਗਿਆਨੀ ਸੰਸਾਰੀਆਂ ਪ੍ਰਤੀ ਨਿਛਾਵਰ ਕੀਤਾ ਕਿ ਜਿਸ ਔਖਦ ਸੰਪੰਨ ਅਮਰ ਕਲਾ ਨੇ ਸੁਗਮ ਹੀ ਪਰਮ ਦੇ ਛਾੜ ਕੱਟ ਦਿੱਤੇ ਇਸ ਅਮਰ ਕਲਾ ਪ੍ਰਕਾਸ਼ਕ ਅਤੇ ਤਿਮਰ ਅਗਿਆਨ ਬినాਸ਼ਕ ਨਿਰੰਜਨ ਅੰਜਨੀ ਔਖ ਦੀ दारू ਨੂੰ ਰਿਧਾ ਰੂਪੀ ਨੇਤਰਾ ਅੰਦਰ ਸਿੰਚ ਕੇ ਰੋਗੀ ਸੰਸਾਰ ਦਾ ਅਕਿਆਨ ਰੋਗ ਚੱਕ ਦਿੱਤਾ ਆ ਕਿਹੀ ਅਚਰਜ ਔਖੀ ਹੈ ਕਿਹਾ ਅਦੁੱਤੀ ਅੰਜਨ ਹੈ ਜਿਸ ਨੂੰ ਗੁਰੂ ਸਰੂਪ ਅੰਮ੍ਰਿਤ ਬਾਣੀ ਸਤਗੁਰੂ ਨਾਨਕ ਦੇਵ ਰੂਪੀ ਗੁਰੂ ਸਰੂਪ ਸੋਮੇ ਚੋਂ ਨਿਕਲੀ ਹੋਈ ਬਾਣੀ ਇਸ ਵਿਧ ਵਰਣਨ ਕਰਦੀ ਹੈ ਯਥਾ ਸੰਸਾਰ ਰੋਗੀ ਨਾਮ दारू ਤਨਾਸਰੀ ਮਹੱਲਾ ਪਹਿਲਾ ਛੰਤ তথা ਗਿਆਨ ਅੰਜਨ ਨਾਮ ਬਿੰਜਨ ਬਿਹਗੜਾ ਮਹੱਲਾ ਪੰਜਵਾਂ ਬਸ ਇਹ ਅਲੌਕਿਕ ਅੰਜਨ ਇਹ ਅਦਭੁਤ ਔਖ ਦੀ दारू ਨਾਮ ਹੈ ਜਿਸ ਅਮਰ ਪਦਾਰਥ ਦੇ ਪੁੰਚਿਆ ਅਤੇ ਰੋਗੀ ਦੇ ਹਿਰਦੇ ਰੂਪੀ ਹਿਰਦੇ ਆਕਾਰ ਅੰਦਰ ਸਿੰਚਤ ਹੋਇਆ ਅ ਗਿਆਨ ਅੰਧੇਰੇ ਦਾ ਬినాਸ਼ ਅਤੇ ਕੋਟ ਸੂਰਜਾਂ ਦੇ ਉਜਾਰੇ ਸਮ ਦਿਵਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਯਥਾ ਗੁਰਵਾਕ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਜੈਤਸਰੀ ਮਹੱਲਾ ਪੰਜਵਾਂ ਇਹ ਪਰਖਿਆ ਹੈ ਭਰਮ ਅੰਧੇਰਾ ਬਿਨਸਨ ਦੀ ਇਹ ਸੱਚੀ ਪਛਾਣ ਹੈ ਤਿਮਰ ਅਗਿਆਨ ਦੇ ਬినాਸ਼ ਦੀ ਤਿਮਰ ਅਗਿਆਨ ਤੋਂ ਉਜਾਰਾ ਜਦ ਤਿਕ ਜਗਿਆਸੂਆਂ ਦੇ ਹਿਰਦੇ ਅੰਦਰ ਉਸ ਦਿਵਜੋਤ ਦੇ ਪ੍ਰਕਾਸ਼ ਦਾ ਉਜਾਲਾ ਸੱਚਮੁੱਚ ਕੋਟ ਕਰੋੜ ਸੂਰਜਾਂ ਦੇ ਚਾਨਣੇ ਵਤ ਪਸਰਤ ਹੋ ਕੇ ਇਸ ਵਿਦਜਗਿਆਸੂਆਂ ਦੇ ਘਟਾਂ ਅੰਦਰ ਗਿਆਨ ਰੂਪੀ ਸੱਚਾ ਚਾਨਣਾ ਨਹੀਂ ਖਿੜਦਾ ਵਿਗਸਦਾ ਜੈਸੇ ਕਿ ਚਾਨਦਨਾ ਗ੍ਰਹਿ ਹੋਏ ਅੰਧੇਰਾ ਦੇ ਗੁਰਵਾਕ ਦਾ ਭਾਵ ਦੱਸਦਾ ਹੈ ਤਦ ਤਿੱਕਰ ਘੋਰ ਅੰਧਕਾਰ ਹੀ ਅੰਧਕਾਰ ਹੈ ਪਰ ਐਵੇਂ ਕਥਨੀ ਬਦਨੀ ਦੁਆਰਾ ਇਹ ਉਜਾਲਾ ਉਦਿਤ ਨਹੀਂ ਹੋ ਸਕਦਾ ਬਸ ਨਾਮ ਕੇਵਲ ਨਾਮ ਦੁਆਰਾ ਹੀ ਐਸਾ ਹੋਣਾ ਸੰਭਵ ਹੈ ਨਾਮ ਕੇਵਲ ਨਾਮ ਦੁਆਰਾ ਦਿਬਜੋਤ ਦੀ ਲਖਤਾ ਕੋਟ ਸੂਰਜਾਂ ਦੇ ਉਜਾਰੇ ਸਮ ਪ੍ਰਕਾਸ਼ਿਤ ਜੋਤ ਦੀ ਲਖਤਾ ਪ੍ਰਾਪਤ ਹੁੰਦੀ ਹੈ ਇਸ ਲਖਤਾ ਦਾ ਅਰਥ ਚੁੰਚ ਗਿਆਨੀਆਂ ਵਾਲੇ ਕਥਨੀ ਮਾਤਰ ਹੀ ਨਹੀਂ અનુਮਾਨਤਾ ਐਵੇਂ ਕਹਿਣੀ ਹੀ ਹੈ ਇਹ ਲਖਤਾ ਤਾਂ ਉਸ ਕੋਟ ਸੂਰਜਾਂ ਦੇ ਉਜਾਰੇ ਸਮ ਝਿਲਮਿਲਕਾਰ ਕ੍ਰਾਂਤੀ ਪ੍ਰਕਾਸ਼ਿਤ ਜੋਤ ਦਾ ਸੰਗੋਪਾਗ ਦੀਦਾਰ ਦਾ ਸਪੇਕਸ਼ ਦਰਸ਼ਨ ਹੈ ਇਸ ਅਲੌਕਿਕ ਨਾਮ ਪਦਾਰਥ ਦਾ ਫੁਹਾਰਾ ਕਿੱਥੋਂ ਫੁੱਟਿਆ ਉਸ ਸੱਚ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਰੂਪੀ ਸੱਚੇ ਸੋਮੇ ਤੋਂ ਜਿਸ ਦੇ અવਤਾਰ ਧਰਮ ਦੇ ਸੁਭਾਗ ਦਿਹਾੜੇ ਦਾ ਗੁਰਪੁਰਬ ਸਦਾ ਮਨਾਇਆ ਜਾਂਦਾ ਹੈ ਇਹ ਗੁਰਪੁਰਬ ਮਨਾਉਣ ਦੀਆਂ ਸਾਰੀਆਂ ਖੁਸ਼ੀਆਂ ਕੇਵਲ ਉਸ ਸੁਭਾਗ ਦਿਹਾੜੇ ਦੀ ਯਾਦਗਾਰ ਵਿੱਚ ਹਨ ਜਿਸ ਦਿਨ ਕੇ ਜੋਤ ਸਰੂਪ ਪ੍ਰਕਾਸ਼ ਸਰੂਪ ਜੋਤ ਅਤੇ ਆਪਣੇ ਜੋਤ ਸਰੂਪ ਪ੍ਰਕਾਸ਼ ਦੁਆਰਾ ਸੰਸਾਰ ਭਰ ਦਾ ਤਿਮਰ ਅਗਿਆਨ ਬਿਨਾਸ਼ ਕਰਨ ਹਾਰ ਜੋਤ ਨਾਮ ਦੀ ਕਲਾ ਵਰਤਾ ਕੇ ਕੋਟਾਂ ਕੋਟ ਸੂਰਜਾਂ ਦੇ ਝਲਕਾਰ ਸਾਰਖੇ ਚਮਤਕਾਰ ਨੂੰ ਸਾਖਸ਼ਾਤ ਕਰਾਵਨ ਹਾਰੀ ਜੋਤ ਅਰਥਾਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਵਿੱਚ ਆਣ ਕੇ ਇਸ ਭਾਵ ਭੂਮੀ ਉੱਤੇ ਆਪਣੇ ਨਿਜ ਸਰੂਪ ਨੂੰ ਪ੍ਰਗਾਸਿਆ ਅਜਿਹੇ ਜੋਤ ਗੁਰੂ ਦੇ ਪ੍ਰਗਟ ਹੋਣ ਦਾ ਦਿਹਾੜਾ ਕੋਈ ਆਵਾ ਗਾਉਣ ਮਾਮੂਲੀ ਦਿਹਾੜਾ ਨਹੀਂ ਇਹ ਸੱਚੇ ਪ੍ਰਕਾਸ਼ ਦਾ ਦਿਹਾੜਾ ਹੈ ਇਸ ਦਿਨ ਤੋਂ ਹੀ ਕੂੜ ਦੀ ਪਾਲ ਨੂੰ ਤੋੜ ਕੇ ਸੱਚ ਦੀ ਸੱਚੇ ਗਿਆਨ ਦੀ ਬਹੁ ਫੁੱਟਣ ਲੱਗੀ ਹੈ ਇਸ ਦਿਨ ਤੋਂ ਹੀ ਅਗਿਆਨ ਦੇ ਭਰਮ ਅੰਧੇਰੇ ਦੀ ਧੁੰਦ ਮਿਟਣ ਲੱਗੀ ਹੈ ਆਸ ਉਹ ਦਿਨ ਤਾਂ ਵਿਸ਼ੇਸ਼ ਕਰਕੇ ਇਉ ਸੁਭਾਗਾ ਤੇ ਪੂਜਨੀਕ ਹੈ ਕਿ ਉਸ ਦਿਨ ਨਾਮ ਦਾ ਛੱਟਾ ਦੇ ਕੇ ਸੰਸਾਰ ਭਰ ਵਿੱਚ ਸੱਚਾ ਪ੍ਰਕਾਸ਼ ਕਰਨ ਹਾਰੀ ਅਕਾਲੀ ਮੂਰਤ ਦਾ ਆਪਣੀ ਜਗਮਗ ਜੋਤ ਵਿੱਚ ਜਗ ਕੇ ਪ੍ਰਕਾਸ਼ ਸਰੂਪ ਜੋਤ ਦੇ ਸੋਮੇ ਸਰੂਪੀ ਸੱਚੇ ਸੂਰਜ ਦਾ ਉਦੈ ਹੋਣਾ ਹੋਇਆ ਹੈ ਜਿਸ ਸੂਰਜ ਰੂਪੀ ਸੋਮੇ ਤੋਂ ਨਿਕਸ ਕੇ प्रकाशी नाम रूपी किरण ਦਾ ਉਜਾਰਾ ਚਾਨਣਾ ਹੀ ਕੋਟ ਸੂਰਜਾਂ ਦੇ ਉਜਾਰੇ ਸਮ ਹੈ ਤਾਂ ਉਸ ਸੋਮੇ ਸਰੂਪ ਸੱਚੇ ਸੂਰਜ ਦੇ ਉਜਾਰੇ ਦੀ ਸੋਭਾ ਤਾਂ ਕਿਤਕ ਵਰਣਨ ਹੋ ਸਕਦੀ ਹੈ ਕੋਟਾਨ ਕੋਟ ਸੂਰਜਾਂ ਦਾ ਚੜਨਾ ਗੁਰੂ ਰੂਪੀ ਸੱਚੇ ਸੂਰਜ ਦੇ ਪ੍ਰਕਾਸ਼ ਉਦੇ ਹੋਣ ਦੇ ਸਾਹਮਣੇ ਸੱਚ ਮੁੱਚ ਤੁਛ ਮਾਤਰ ਹੈ ਜਿਹਾ ਕਿ ਇਹ ਵਾਕ ਵੀ ਪ੍ਰੂੜਤਾ ਕਰਦਾ ਹੈ Yatha ਜੇ ਸੌ ਚੰਦਾ ਉਗਵਹਿ ਸੂਰਜ ਚੜਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਆਸਾ ਦੀ ਵਾਰ ਮਹੱਲਾ ਦੂਜਾ ਸੌ ਅਤੇ ਹਜ਼ਾਰ ਦੇ ਪਦਾਂ ਤੋਂ ਭਾਵ ਅਣਗਿਣਤ ਦਾ ਹੈ ਜਦ ਕੇ ਗੁਰੂ ਵੀ ਹੋਣ ਅਣਗਿਣਤ ਸੂਰਜਾਂ ਦੇ ਹੁੰਦਿਆਂ ਤਾਂ ਕੋਰ ਅੰਧਾਰ ਹੀ ਰਹਿੰਦਾ ਹੈ ਤਦ ਇਸ ਭਵ ਭੂਮੀ ਉੱਤੇ ਇੱਕ ਸੂਰਜ ਦੇ ਹੁੰਦਿਆਂ ਪਰ ਗੁਰੂ ਵੀ ਹੋਣ ਕਿਤਨਾ ਕੋਹਰ ਅੰਧਾਰ ਹੋਵੇਗਾ ਗੁਰੂ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸ ਭਵ ਭੂਮੀ ਉੱਤੇ ਮਹਾ ਕੋਰ ਗੁਬਾਰ ਹੋਣ ਵਿੱਚ ਰੰਚਕ ਵੀ ਸੰਦੇਹ ਨਹੀਂ ਹੋ ਸਕਦਾ ਪਰ ਇਸ ਸੱਚੇ ਸੂਰਜ ਦੇ ਲਵੇ ਕੋਟ ਸੂਰਜ ਵੀ ਨਹੀਂ ਲਗਦੇ ਤਿਸ ਸੱਚ ਪ੍ਰਕਾਸ਼ ਦੇ ਸੋਮੇ ਗੁਰੂ ਰੂਪੀ ਸੱਚੇ ਸੂਰਜ ਦੇ ਪ੍ਰਗਟ ਹੋਣ ਪਰ ਇਸ ਭਵ ਭੂਮੀ ਉੱਤੇ ਕਿਤਨਾ ਕੁ ਚਾਨਣ ਹੋਇਆ ਹੋ ਸੱਚਮੁੱਚ ਧੁੰਦ ਗੁਬਾਰ ਤੇ ਕੋਹਰ ਅੰਧਾਰ ਵਿੱਚ ਨਿਰਮਲ ਉਜਾਰਾ ਅਤੇ ਜਗਤ ਭਰ ਵਿਖੇ ਦਿਵ ਅਤੇ ਦੇਵੀ ਚਾਨਣੇ ਦਾ ਸੱਚਾ ਚਾਨਣ ਵਰਤਿਆ ਹੋ ਕੀ ਇਸ ਮਹਾਵਾਕ ਦੀ ਸਚਾਈ ਉੱਤੇ ਸੰਦੇਹ ਉਪਜ ਸਕਦਾ ਹੈ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਭਾਈ ਗੁਰਦਾਸ ਜੀ ਵਾਰ ਪਹਿਲੀ ਪੌੜੀ 27 ਗੁਰਪੁਰਬ ਮਨਾਉਣ ਦਾ ਪ੍ਰਯੋਜਨ ਕੀ ਹੈ ਅਜਿਹੇ ਸੱਚੇ ਸਤਗੁਰੂ ਦੀ ਯਾਦਗਾਰ ਵਿੱਚ ਗੁਰਪੁਰਬ ਕਿਉਂ ਨਾ ਮਨਾਏ ਜਾਵਣ ਇਸ ਯਾਦਗਾਰ ਵਿੱਚ ਗੁਰਪੁਰਬ ਮਨਾਉਣ ਦਾ ਅਸਲੀ ਅਤੇ ਮੁੱਖ ਮਨੋਰਥ ਕੀ ਹੈ ਆਓ ਜ਼ਰਾ ਮਿਲ ਕੇ ਵਿਚਾਰੀਏ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟਨ ਦਾ ਪਰਮ ਪ੍ਰਯੋਜਨ ਜੋ ਹੈ ਸੀ ਸੋਈ ਸਾਡੇ ਪੁਰਬ ਮਨਾਉਣ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ ਆਓ ਜ਼ਰਾ ਵਿਚਾਰੀਏ ਕਿ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਕਿਸ ਕਾਰਨ ਕਰਕੇ ਆਏ ਕਿ ਉਹਨਾਂ ਦਾ ਆਉਣਾ ਚੁਰਾਸੀ ਦੇ ਜੀਵਾਂ ਵੱਤ ਸੀ कि ਉਹਨਾਂ ਦਾ અવਤਾਰ ਧਾਰਨ ਕਰਨਾ ਆਮ અવਤਾਰਾਂ ਵਤ ਸੀ ਨਹੀਂ ਹਰਗਿਜ਼ ਨਹੀਂ ਸਤਗੁਰੂ ਨਾਨਕ ਦੇਵ ਦੇ અવਤਾਰ ਧਾਰਨ ਦੇ ਪਰਯੋਜਨ ਦੀ ਅਲੌਕਿਕਤਾ ਅਤੇ ਵਿਲੱਖਣਤਾ ហេਠ ਲਿਖਿਆ ਗੁਰਵਾਕ ਇਸ ਵਿਦਗਾਮ ਦਾ ਹੈ ਅਤੇ گاؤں ਕੇ ਨਿਰੂਪਨ ਕਰਾਉਂਦਾ ਹੈ यथा ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਨੇ ਹਰ ਸਿਉ ਲੈਨ ਮਿਲਾਏ ਸੋਹੀ ਮਹੱਲਾ ਪੰਜਵਾਂ ਆਮ ਅਵਤਾਰਾਂ ਵਤ ਗੁਰੂ ਜੀ ਦੇ ਨਿਜ ਗੁਰੂ ਜੀ ਨਿਜ ਦੇ ਬਖੇੜਿਆਂ ਅਥਵਾ ਮਨ ਮੰਨੀ ਚਸਕੇ ਬਾਜ਼ੀਆਂ ਹਿਤ ਜੁਦ ਜੰਗ ਦੇ ਦੰਗਲ ਦੁਗਾੜੇ ਅਥਵਾ ਰਾਸ ਰੇਲਾ ਦੇ ਮੰਗਲ ਅਖਾੜੇ ਰਚਣ ਨਹੀਂ ਸੰ ਆਏ ਨਾਹੀਂ ਹੋਰ ਆਚਾਰਿਆਂ ਤੇ ਸੁਧਾਰਕਾਂ ਦੇ ਨਿਆਈ ਆਪਣੇ ਨਾਮ ਨੂੰ ਨਸ਼ਰ ਪ੍ਰਸਿੱਧ ਕ ਪ੍ਰਸਿੱਧ ਕਰਨ ਆਏ ਸਨ ਸਤਿਗੁਰੂ ਨਾਨਕ ਦੇਵ ਜੀ ਆਏ ਤਾਂ ਪਰਉਪਕਾਰੀ ਆਏ ਅਰਥਾਤ ਪਰਉਪਕਾਰ ਹਿਤ ਆਏ ਪਰਉਪਕਾਰ ਵੀ ਕਿਹੜਾ ਕਿ ਜੀ ਦਾਨ ਦੇ ਭਗਤੀ ਲਾਇਨ ਨਾਮ ਰੂਪੀ ਸੱਚੇ ਧਨ ਦਾ ਸੱਚਾ ਆਤਮਿਕ ਦਾਨ ਦੇ ਕੇ ਸੰਸਾਰ ਭਰ ਦੇ ਪ੍ਰਾਣੀਆਂ ਨੂੰ ਭਗਤੀ ਵਿਖੇ ਲਾਵਣਾ ਗੁਰੂ ਜੀ ਦਾ ਪਰਪਕਾਰ ਸੀ ਵਾਹ ਕੀ ਸੋਹਣਾ ਪਰਮ ਪਵਿੱਤਰ ਅਤੀ ਅਲੌਕਿਕ ਪਰਪਕਾਰ ਹੈ ਇਹ ਗੁਰਮਤਿ ਪਰਪਕਾਰ ਹੈ ਇਹ ਗੁਰਮਤਿ ਪਰਪਕਾਰ ਦਾ ਸੱਚਾ ਸਰੂਪ ਹੈ ਦਾਨ ਵੀ ਜੀ ਦਾਨ ਨਾਮ ਰੂਪੀ ਸੱਚੇ ਧਨ ਦਾ ਅਖੁੱਟ ਆਤਮਿਕ ਦਾਨ ਲੋਕ ਪਰਲੋਕ ਵਿਖੇ ਸੰਗ ਸਾਥ ਨਿਭਣ ਵਾਲਾ ਪਰਮਾਰਥੀ ਦਾਨ ਜੈਸਾ ਕਿ ਇਹ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਗੂਜਰੀ ਕੀ ਵਾਰ ਪੰਨਾ 511 ਗੁਰਵਾਕ ਦੇ ਆਸ਼ੇ ਤੋਂ ਸਿੱਧ ਹੈ ਇਸ दैवी दान ਦੁਆਰਾ ਭਗਤੀ ਦੇ ਪ੍ਰੇਮ ਰਸ ਵਿੱਚ ਪਾਗ ਕੇ ਗਲੇਫ ਕੇ ਪ੍ਰਾਣੀਆਂ ਦਾ ਉਧਾਰ ਕਰਨ ਦੇ ਕਾਰਨ ਗੁਰੂ ਜੀ ਦਾ ਉਪਕਾਰ ਇੱਕ ਪਰਮ ਸ੍ਰੇਸ਼ਟ ਤੇ ਸਰਬੋਤਮ ਪਰਪਕਾਰ ਹੈ ਜਿਹੜਾ ਕਿ ਕਿਸੇ ਪੀਰ ਪੈਗੰਬਰ ਵਲੀ ਔਲੀਏ अथवा અવਤਾਰ ਤੋਂ ਨਹੀਂ ਬਣ ਆਇਆ ਜੇ ਕੋਈ ਕਹੇ ਜੀ ਦਾਨ ਦੇ ਭਗਤੀ ਲਾਇਨ ਰੂਪੀ ਪਰਉਪਕਾਰ ਤੋਂ ਪ੍ਰਾਣੀਆਂ ਨੂੰ ਗੁਰੂ ਜੀ ਨੇ ਪ੍ਰਾਪਤ ਕੀ ਕਰਾਇਆ ਤਾਂ ਹਰਿ ਸਿਉ ਲੈਨ ਮਿਲਾਏ ਦਾ ਅਗਲੇਰਾ ਪਦ ਅਸਦਾ ਹੈ ਕਿ ਉਕਤ ਪ੍ਰੇਮਾ ਭਗਤੀ ਰੂਪੀ ਪਰਉਪਕਾਰ ਦੁਆਰਾ ਗੁਰੂ ਜੀ ਨੇ ਪਰਮੇਸ਼ਰ ਪ੍ਰਾਪਤੀ ਦੀ ਪਰਮ ਪਦਵੀ ਨੂੰ ਪਹੁੰਚਾਇਆ ਇਸ ਪਰਮ ਪਦ ਦਾ ਪ੍ਰਾਣੀਆਂ ਪਤੀ ਪ੍ਰਤੀ ਪ੍ਰਕਾਸ਼ਣਾ ਅਰਥਾਤ ਪ੍ਰਾਪਤ ਕਰਵਾਣਾ ਹੀ ਸ੍ਰੀ ਸਤਗੁਰੂ ਜੀ ਦੇ ਅਵਤਾਰ ਧਾਰਨ ਦਾ ਪਰੰਪਰਯੋਜਨ ਸੀ ਸੋ ਸਾਡੇ ਗੁਰਪੁਰਬ ਮਨਾਉਣ ਦਾ ਮੁੱਖ ਮਨੋਰਥ ਵੀ ਇਹੋ ਹੀ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੇ ਆਗਮਨ ਦੇ ਪਰੰਪਰਯੋਜਨ ਨੂੰ ਪ੍ਰੇਮਪੂਰਵਕ ਯਾਦ ਕਰਦੇ ਹੋਏ ਪ੍ਰਿਮਾ ਭਗਤੀ ਵਿਖੇ ਲੀਨ ਹੋਈਏ ਤੇ ਹਰ ਪ੍ਰੀਤਮ ਦੇ ਮਿਲਾਪ ਦੇ ਪਰਮ ਪਾਦਿ ਪ੍ਰਾਪਤੀ ਹੋਵੇ ਬਸ ਗੁਰਾਂ ਦੇ ਪਾਏ ਇਹਨਾਂ ਪਰਮਾਰਥੀ ਪੂਰਨਿਆ ਅਨੁਸਾਰ ਪਰਸਪਰ ਮਿਲ ਕੇ ਪ੍ਰੇਮ ਕਰਨਾ ਗੁਰਪੁਰਬ ਮਨਾਵਣ ਦਾ ਅਸਲ ਅਤੇ ਪੂਰਨ ਤਾਤਪਰਯ ਹੈ। ਇਹੋ ਹੀ ਗੁਰੂ ਜੀ ਦੇ ਪਰਉਪਕਾਰ ਯਾਦ ਕਰਨਾ ਹੈ। ਇਸ ਵਿਦ ਭਾਵ ਭਗਤੀ ਸਹਿਤ ਹੀ ਗੁਰਸਿੱਖਾਂ ਦਾ ਗੁਰਪੁਰਬ ਮਨਾਵਣਾ ਲੇਖੇ ਪੈਂਦਾ ਹੈ। ਤਦੇ ਹੀ ਤਾਂ ਭਾਏ ਗੁਰਦਾਸ ਜੀ ਨੇ ਗੁਰਪੁਰਬ ਮਨਾਵਣ ਹਾਰਿਆਂ ਦੀ ਮਹਿਮਾ ਵਰਣਨ ਕੀਤੀ ਹੈ ਕਿ ਕੁਰਬਾਨੀ ਤਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਭਾਈ ਗੁਰਦਾਸ ਜੀ ਵਾਰ-ਵਾਰ ਵੀ ਪੌੜੀ ਦੂਜੀ ਬਸ ਭਾਉ ਭਗਤੀ ਦੇ ਰੰਗ ਵਿੱਚ ਮਾਣਿਆ ਗੁਰਪੁਰਬ ਹੀ ਪ੍ਰਵਾਨ ਪੈਂਦਾ ਹੈ ਪਰੰਤੂ ਪੁਰਬ ਮਨਾਉਣ ਦਾ ਆਮ ਰਿਵਾਜ ਦੱਸਦਾ ਹੈ ਕਿ ਗੁਰਪੁਰਬ ਇਸ ਮਨੋਰਥ ਲਈ ਨਹੀਂ ਮਨਾਏ ਜਾਂਦੇ ਜੇ ਇਉਂ ਮਨਾਏ ਜਾਣ ਤਾਂ ਗੁਰਾਂ ਦੇ ਐਨ ਉਸੇ ਵਕਤ ਉੱਥੇ ਜੋਤ ਸਰੂਪੀ ਪ੍ਰਤੱਖ ਦਰਸ਼ਨ ਦੇਦਾਰੇ ਪ੍ਰਾਪਤ ਹੋਣ ਵਿੱਚ ਰੰਚਕ ਵੀ ਸੰਦੇਹ ਨਹੀਂ ਜਿਸ ਜੋਤ ਨੂੰ ਜਗਾ ਕੇ ਅਤੇ ਜਿਸ ਦਿਵ ਸਰੂਪ ਨੂੰ ਧਾਰਨ ਕਰਕੇ ਗੁਰੂ ਜੀ ਜਗਤ ਉੱਤੇ ਪ੍ਰਗਟ ਹੋਏ ਸਨ ਪਰੰਤੂ ਪ੍ਰਥਮ ਤਾਂ ਇਸ ਜੋਤ ਪ੍ਰਕਾਸ਼ੀ ਪ੍ਰਕਾਸ਼ੀ ਦਰਸ਼ਨ ਦੀ ਪ੍ਰਤੀਤ ਹੀ ਪ੍ਰਾਣੇ ਨੂੰ ਬਹੁਤ ਵਿਰਲੀ ਅਤੇ ਥੋੜੀ ਹੈ ਇਸ ਪ੍ਰਤੀਤੀ ਵੀ ਹੋਣ ਭਗਤੀ ਕਦ ਪ੍ਰਵਾਨ ਪੈ ਸਕਦੀ ਹੈ ਇਸ ਪ੍ਰਤੀਤ ਸੰਜੁਗਤ ਪਾਉ ਭਗਤੀ ਕਰਨਾ ਅਤੇ ਗੁਰੂ ਦੇ ਗੁਣ ਗਾਉਣਾ ਹੀ ਥਾਉ ਪੈਂਦਾ ਹੈ। ਜਥਾ ਗੁਰਵਾਕ ਜਿਸਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੈ ਦਰਗਹ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ-ਕੂੜੀ ਅੱਖੀ ਮੀਟਦੇ ਉਨ ਕਾ ਉਤਰ ਜਾਏਗਾ ਝੂਠ ਗੁਮਾਨ ਸੁਹੀ ਮਹੱਲਾ ਚੌਥਾ ਜਿਨ੍ਹਾਂ ਨੂੰ ਦਰਸ਼ਨ ਦੀ ਪ੍ਰਤੀਤ ਹੀ ਨਹੀਂ ਉਹਨਾਂ ਨੂੰ ਦਰਸ਼ਨ ਦੀ ਚਾਹ ਦਰਸ਼ਨ ਦੀ ਸਿੱਖ ਵੀ ਨਹੀਂ ਤਿਨਾਂ ਨੂੰ ਦਰਸ਼ਨ ਦੀ ਪ੍ਰਾਪਤੀ ਕਿੱਥੇ ਤਿਨਾਂ ਦਾ ਗੁਰੂ ਗੁਣ ਗਾਵਣਾ ਭਾਉ ਭਗਤੀ ਕਮਾਉਣਾ ਅਤੇ ਗੁਰਪੁਰਬ ਮਨਾਉਣਾ ਕਿਸ ਲਈ ਖੇ ਦਰਸ਼ਨ ਦੇ ਇਸ ਸਿੱਖ ਭਿੰਨੇ ਮਨੋਰਥ ਨੂੰ ਮੁੱਖ ਰੱਖੇ ਬਿਨਾ ਕਿਸੇ ਹੋਰ ਦੁੱਤੀ ਮਨੋਰਥ ਨੂੰ ਮੁੱਖ ਰੱਖ ਕੇ ਗੁਰਪੁਰਬ ਮਨਾਉਣਾ ਗੁਰੂ ਸੇਤੀ ਕਪਟ ਕਮਾਉਣਾ ਹੈ ਕੀ ਇਹ ਕਪਟ ਨਹੀਂ ਕਿ ਉਂਜ ਤਾਂ ਅੱਖੀਂ ਮਿਟ ਕੇ ਇਸவித ਮਦਰ ਸੁਰ ਦੁਆਰਾ ਆਲਾਪਨ ਕੀਤਾ ਜਾਵੇ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਪਰੰਤੂ ਗੁਰੂ ਦੇ ਜਗਤ ਵਿਖੇ ਚਾਨਣਾ ਕਰਨ ਵਾਲੇ ਦਰਸ਼ਨ ਗੁਰੂ ਦੇ ਧੁੰਦ ਮਿਟਾਉਣ ਵਾਲੇ ਦਰਸ਼ਨ ਦੀ ਸਿੱਖ ਭਿੰਨੀ ਪ੍ਰਤੀਤ ਵੀ ਨਾ ਉਪਜੀ ਹੋਵੇ ਗੁਰਬਾਣੀ ਗਾਉਣਾ ਗੁਣੀ ਦਾ ਗੁਣਾਣਵਾਦ ਕਰਨਾ ਹੈ ਗੁਣ ਅਤੇ ਗੁਣੀ ਵਿੱਚ ਭੇਦ ਨਹੀਂ ਭੇਦ ਹੈ ਤਾਂ ਗੁਣਾਨਵਾਦ ਕਰਨ ਹਾਰੇ ਦੀ ਬਿਰਤੀ ਕਰਕੇ ਹੈ ਜੇ ਬਿਰਤੀ ਗੁਣਾ ਵਿੱਚ ਲੀਨ ਨਹੀਂ ਹੋਈ ਤਾਂ ਗੁਣੇ ਦੇ ਸਰੂਪ ਦੀ ਲਖਤਾ ਕਿੱਥੋਂ ਪਰੰਤੂ ਗੁਣ ਗਾਇਨ ਦੁਆਰਾ ਹੀ ਔੜਕ ਬਿਰਤੀ ਦੀ ਲੀਨਤਾ ਅਤੇ ਗੁਣੇ ਦੀ ਲਖਤਾ ਹੀ ਸੰਭਵ ਹੈ ਇਹੋ ਤਾਂ ਗੁਰਬਾਣੀ ਅੰਦਰ ਚੁੰਬਕ ਸ਼ਕਤੀ ਵਾਲਾ ਅਸਰ ਹੈ ਤਦ ਹੀ ਤਾਂ ਕਲਿਕਾਲ ਵਿਖੇ ਕੀਰਤਨ ਪ੍ਰਧਾਨ ਰੱਖਿਆ ਗਿਆ ਹੈ ਅਤੇ ਇਸੇ ਕਰਕੇ ਹੀ ਗੁਰੂ ਵੱਲੋਂ ਗੁਰਸਿੱਖ ਪ੍ਰਤੀ ਇਹ ਹੁਕਮ ਹੈ ਕਿ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਸੁਰਠ ਮਹੱਲਾ 5 ਗੁਰਬਾਣੀ ਦਾ ਗਾਵਣਾ ਤਾਂ ਹਰ ਹਾਲਤ ਵਿੱਚ ਸਫਲ ਸੁਖਦਾਇਕ ਹੈ ਇਸਨੇ ਔੜਕ ਨੂੰ ਫਲਦਾਇਕ ਜ਼ਰੂਰ ਹੋਣਾ ਹੈ ਆਲੀ ਕਦੇ ਨਹੀਂ ਜਾਣਾ ਪਰ ਇਤਨਾ ਵਿਚਾਰ ਲੈਣਾ ਤਾਂ ਸਾਡਾ ਆਪਣਾ ਧਰਮ ਹੈ ਕਿ ਜਿਨ੍ਹਾਂ ਗੁਣਾਂ ਨੂੰ ਗੁਰਬਾਣੀ ਗਾਉਂਦੀ ਹੈ ਉਹ ਗੁਣ ਗੁਣੀ ਪਰਮਾਤਮਾ ਦੇ ਹਨ ਇਸ ਤਿਸ ਗੁਣੀ ਨੂੰ ਮੁਖ ਰੱਖ ਕੇ ਗੁਣ ਗਾਵਣਾ ਹੀ ਗੁਣਕਾਰੀ ਹੈ ਗੁਰਬਾਣੀ ਗਾਉਣ ਲੱਗੇ ਗੁਣਾਵਲ ਬਿਰਤੀ ਨਾ ਦੇਣਾ ਗੁਣੀ ਤੇ ਗੁਣਾ ਨੂੰ ਕਥਾਉ ਘਟਾਉਣਾ ਹੈ ਗੁਰਬਾਣੀ ਗਾਉਂਦੇ ਹੋਏ ਬਿਰਤੀ ਨੂੰ ਗੁਰਬਾਣੀ ਵਿੱਚ ਨਾ ਰੱਖਣਾ ਦੱਸਦਾ ਹੈ ਕਿ ਸਾਡੇ ਬਿਰਤੀ ਦੇ ਸੰਮੁਖ ਕੋਈ ਹੋਰ ਸਰੂਪ ਹੈ ਜੋ ਗੁਣੀ ਦੇ ਸਰੂਪ ਤੋਂ ਭਿੰਨ ਹੈ ਇਹ ਗੁਰੇ ਦੀ ਅਨਨ ਉਪਾਸ਼ਨਾ ਨਹੀਂ ਸਗੋਂ ਦੁਰੰਗੀ ਦੁਚਿੱਤੀ ਦੁਬਾਜਰੀ ਦੁਤੀਏ ਭਾਵ ਦੇ ਮੇਲ ਮਿਸ ਵਾਲੀ ਪਾਜਲ ਉਪਾਸ਼ਨਾ ਹੈ ਗੁਰੂ ਦੀ ਅਨਨ ਭਗਤੀ ਸੱਚੀ ਪ੍ਰੇਮਾ ਭਗਤੀ ਨਹੀਂ ਦਰਸ਼ਨ ਕਿਵੇਂ ਹੋਵੇ ਤਦ ਦਰਸ਼ਨ ਦਾ ਚਮਤਕਾਰ ਕਿਉਂਕਰ ਪ੍ਰਾਪਤ ਹੋਵੇ ਗੁਰੂ ਦਰਸ਼ਨ ਦੀ ਪ੍ਰਾਪਤੀ ਨੂੰ ਪ੍ਰਤੀਤ ਸੰਯੁਕਤ ਅਤੇ ਸਿੱਖ ਪੂਰਵਕ ਗੁਰਬਾਣੀ ਅਤੇ ਨਾਮ ਸੰਗ ਇਕ ਤਾਰ ਜੁਟੇ ਰਹਿਣਾ ਜੋਤ ਸਰੂਪੀ ਦਿਵਜੋਤ ਦੇ ਦਰਸ਼ਨਾਂ ਦੇ ਪ੍ਰਾਪਤ ਕਰਾਉਣ ਨੂੰ ਅਵਸ਼ ਸਮਰਥ ਹੈ ਜੋ ਸਦੀਵੀ ਨਾਮ ਜਪਦੇ ਹਨ ਤੇਨਾਂ ਦੇ ਘਟ ਵਿਖੇ ਤਾਂ ਗੁਰੂ ਦੀ ਜਾਗਤ ਜੋਤ ਹਰਦਮ ਹੀ ਜਗਦੀ ਹੈ ਉਹ ਤਾਂ ਹਰਦਮ ਸਰਬ ਸਮੇਂ ਸਰਬ ਥਾਂ ਹੀ ਦਰਸ਼ਨਾਂ ਦੀ ਮਸਤੀ ਵਿੱਚ ਮਸਤ ਹਨ ਅਤੇ ਨਾਮ ਦੇ ਰੰਗ ਵਿੱਚ ਰੰਗੇ ਜਾ ਕੇ ਨਾਮੇ ਨਾਲ ਅਭੇਦ ਰੂਪ ਹੋ ਰਹੇ ਹਨ ਜਾਗਤ ਜੋਤ ਦੇ ਦਰਸ਼ਨ ਪ੍ਰੀਤਮ ਦੇ ਪ੍ਰਕਾਸ਼ ਦੇ ਪਰਤਵ ਪ੍ਰਭਾਵ ਅਤੇ ਪ੍ਰਕਾਸ਼ ਦੀ ਜੋਤ ਦੇ ਪ੍ਰਤਾਪ ਕਰਕੇ ਜੋਤ ਰਸ ਭਿੰਨੇ ਅਤੇ ਦਰਸ ਜੋਤ ਭਿੰਣੜੇ ਲੋਇਣਾ ਅੱਗੇ ਉਜਾਰਾ ਹੈ ਬਾਣੀ ਤੇ ਨਾਮ ਨਾਲ ਨਿਹੋ ਜੁੜਨ ਨਾਲ ਜੋਤ ਦੀ ਕਿਰਨ ਪ੍ਰਕਾਸ਼ ਪੈਂਦੀ ਹੈ ਅਤੇ ਫਿਰ ਜੋ ਜੋ ਇਹ ਨੇਹ ਵਧਦਾ ਜਾਂਦਾ ਹੈ ਤਿਆਂ ਤਿਆਂ ਜੋਤ ਵੀ ਫੈਸਰਦੀ ਜਾਂਦੀ ਹੈ ਇਸ ਵਿਧ ਨਾਮ ਦੀ ਲਾਗ ਲਾ ਕੇ ਜੋਤ ਸਰੂਪ 파ਰਸ ਸਤਗੁਰ ਸਤਗੁਰ ਨੇ अनेका ਹੀ ਪ੍ਰਾਣੀਆਂ ਨੂੰ ਸੱਚੀ ਪ੍ਰਕਾਸ਼ ਸਰੂਪ ਜੋਤ ਦਾ ਉਜਿਆਰਾ ਬਖਸ਼ਿਆ ਅਤੇ ਹੁਣ ਵੀ ਬਖਸ਼ਣ ਹਾਰ ਹੈ ਅਗਾਹਾਂ ਨੂੰ ਵੀ ਬਖਸ਼ਣ ਯੋਗ ਹੈ ਉਸ ਸੱਚੀ ਜੋਤ ਦਾ ਉਸ ਸੱਚੇ ਪ੍ਰਕਾਸ਼ ਦਾ ਜਿਨ੍ਹਾਂ ਨੂੰ ਉਜਾਰ ਨਹੀਂ ਹੋਇਆ ਉਹ ਗੁਰਪੁਰਬ ਦਿਹਾੜੇ ਤਾਂ ਜੋਤ ਦਾ ਸੱਚਾ ਰੰਗ ਮਜੀਠੀ ਰੰਗ ਚੜ੍ਹ ਲੈਣ ਚੜ੍ਹਨ ਦਾ ਹੀਲਾ ਕਰਕੇ ਦੇਖ ਲੈਣ ਹੋਰ ਨਹੀਂ ਤਾਂ ਨਾਮ ਨਾਲ ਹੀ ਨੇਹ ਲਾ ਕੇ ਪਰਤਿਆ ਲੈਣ ਪਰ ਨਾਮ ਨਾਲ ਜੁਟਣ ਤੋਂ ਪਹਿਲਾਂ ਵਿਚਾਰ ਕੇ ਇਹ ਵੀ ਦੇਖ ਲੈਣ ਕਿ ਅਜੇਹ ਦੇਵੀ ਦਰਸ਼ਨਾ ਦੇ ਤਾਂ ਹੀ ਇੱਕ ਵਾਰ ਆਪਾ ਅਰਪਣਾ ਜ਼ਰੂਰ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਆਪਣੇ ਗੁਰਮੁਖ ਪਿਆਰਿਆਂ ਅਤੇ ਭਾਣੇ ਅੰਦਰ ਆਇਆਂ ਨਾਮ ਦੇ ਸੇਵਨ ਹਰਿ ਸਿੱਖ ਸੇਵਕਾਂ ਨੂੰ ਸਾਵੇਂ ਹੀ ਪ੍ਰਗਟ ਹਨ ਗੁਰਪੁਰਬ ਦਾ ਦਿਨ ਤਾਂ ਤਿਨਾ ਸੁਹਾਗਵੰਤੇ ਸੁਰਜਣਾ ਦੇ ਸਮੀਪ ਮਿਲਾਪ ਦਾ ਦਿਹਾੜਾ ਹੈ ਜੋ ਭਾਉ ਭਗਤੀ ਦੇ ਵਿੱਚ ਗੀਦੇ ਹੋਏ ਸਤਗੁਰੂ ਨਾਨਕ ਦੇਵ ਦੇ ਉਸ ਦੇਵੀ ਦਰਸ਼ਨ ਨੂੰ ਸਿੱਕਾਂ ਭਰੀ ਲਿਵਤਾਰ ਸਹਿਤ ਲੋਚ ਰਹੇ ਹਨ ਜਿਸ ਚਮਕਦੇ ਦਰਸ਼ਨ ਦੇ ਸਰੂਪ ਵਿੱਚ ਗੁਰੂ ਜੀ ਦੀ ਦਿਵਜੋਤ ਅੱਜ ਦੇ ਦਿਨ ਭਾਵ ਭੂਮੇ ਵਿਖੇ ਅਵਤਰੀ ਸੀ ਜਿਸ ਦੇ ਚਲਕਾਰ ਨੇ ਬਿਜਲੀ ਵਾਲਾ ਚਮਤਕਾਰ ਸੂਰਜ ਮੁਖ ਫਲ ਵਤ ਪ੍ਰਕਾਸ਼ ਕੇ ਦਰਸ਼ਨ ਅਧਿਕਾਰੀ ਪ੍ਰੇਮੀਆਂ ਨੂੰ ਇੱਕ ਵਾਰ ਫਿਰ ਨਿਖਰਵਾ ਕਰਕੇ ਅਤੇ ਨਿਖਾਰ ਕੇ ਦਿਖਾ ਦੇਣਾ ਹੈ ਪਰੰਤੂ ਤਿਮਰ ਅਗਿਆਨੇ ਦੀ ਘੁੱਗੂ ਦ੍ਰਿਸ਼ਟੀ ਨੇ ਅੱਗੇ ਵਾਂਗੂ ਚੁੰਧਿਆ ਜਾਣਾ ਹੈ ਅਤੇ ਚੁੰਧਾਏ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ